कूड़ निखुटे नानका उड़क सच रही। वीरो अज मानयोग पंजाब ते हरियाणा हाईकोर्ट ने श्रोमणी अकाली दल दे प्रधान सरदार सुखबीर सिंह जी बादल दे उत्ते जिहड़ा एक झूठा परचा दिता गया 307 दा उहदे च एंटीसपेटरी बेल दे दित्ती है। वीरो दो सरकारां दे सियासी षड्यंत्र कांग्रेस ते आम आदमी पार्टी मकसद इको कि किसी तरीके दे नाल बादल परिवार नूं ते श्रोमणी अकाली दल नूं किसी झूठे केस दे विच फसाया जावे। पर साडा सिर चुकदा जुडिशरी दे अगे क्योंकि दूजी वार ਉਹੀ ਝੂਠੀ ਇਨਵੈਸਟੀਗੇਸ਼ਨ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੀ ਦਹਿਲੀਜ਼ ਤੇ ਆ ਕੇ ਢਹਿ ਢੇਰੀ ਹੋ ਗਈ। ਵੀਰੋ 96 ਸਾਲ ਦੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਕਸੂਰ ਕੀ? ਕਿਉਂਕਿ ਉਹ ਆਪਣੇ ਸੂਬੇ ਪ੍ਰਤੀ ਚਿੰਤਤ ਸੀ, ਮੁੱਖ ਮੰਤਰੀ ਸੀ, ਅਫਸਰਾਂ ਦੇ ਨਾਲ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜੇ, ਉਹਨਾਂ ਦੇ ਉੱਤੇ ਪਰਚਾ ਦਿੱਤਾ ਗਿਆ। ਉਹ ਹੁੰਦੀਆਂ ਸੀ ਸਰਕਾਰਾਂ, ਅੱਜ ਸਾਡੀ ਸਰਕਾਰ ਕੀ ਕਰ ਰਹੀ ਹੈ? ਵੀਰੋ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ, ਆਮ ਆਦਮੀ ਪਾਰਟੀ ਦੇ ਮੰਤਰੀ ਹੋਣ, MLA ਹੋਣ, ਇਹ ਸਿਰਫ ਤੇ ਸਿਰਫ ਕੇਂਦਰ ਦੇ ਨਾਲ ਰਲ ਕੇ ਸਾਡੇ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਰਹੇ ਨੇ। ਵੀਰੋ ਛੋਟੀ ਉਮਰ ਦੇ ਨੌਜਵਾਨ, ਕੋਈ 20 ਸਾਲ ਦਾ, ਕੋਈ 22 ਸਾਲ ਦਾ, ਕੋਈ 25 ਸਾਲ ਦਾ, ਤੇ ਕਾਨੂੰਨ ਕਿਹੜੇ ਲਾ ਰਹੇ ਨੇ? NSA ਕਹਿੰਦੇ ਪੰਜਾਬ ਦੇ ਨੌਜਵਾਨਾਂ ਤੋਂ, ਸਿੱਖਾਂ ਤੋਂ ਦੇਸ਼ ਨੂੰ ਖਤਰਾ। ਇਹ ਫੇਰ ਦੁਬਾਰਾ ਸਾਡੀ ਨੌਜਵਾਨੀ ਨੂੰ ਬਦਨਾਮ ਕਰਨਾ ਚਾਹੁੰਦੇ ਨੇ। ਪਹਿਲਾਂ ਨਸ਼ੇ ਦਾ ਤਿਲਕ ਲਾਇਆ, ਪਹਿਲਾਂ 1984 ਚ ਵੱਖਵਾਦ ਦਾ ਤਿਲਕ ਲਾਉਣਾ ਚਾਹਿਆ ਤੇ ਅੱਜ ਫੇਰ। ਵੀਰੋ ਸਿੱਖਾਂ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ। ਅਸੀਂ ਤਾਂ ਆਜ਼ਾਦੀ ਵੀ ਆਪਣੇ ਪਿੰਡੇ ਤੇ ਹੰਡਾਈ ਹੈ ਤੇ ਅੱਜ ਭਗਵੰਤ ਮਾਨ ਸਾਡੇ ਤੇ ਕਿਹੜਾ ਕਲੰਕ ਲਾਉਣ ਤੁਰਿਆ? ਇਹ ਵੀ ਜਵਾਬਦੇਹੀ ਭਗਵੰਤ ਮਾਨ ਦੀ ਹੈ। ਤੇ ਅੱਜ ਸਰਕਾਰ ਦੇ ਵਿੱਚ ਉਹੀ ਲੋਕ ਬੈਠੇ ਨੇ ਜਿਹੜੇ ਕਿਸੇ ਸਮੇਂ 1984 ਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, 84 ਦਾ ਸਿੱਖ ਕਤਲੇਆਮ ਹੋਇਆ, ਉਦੋਂ ਵੀ ਇਹ ਲੋਕ ਸਰਕਾਰਾਂ ਚ ਬਹੁਤ ਉੱਚ ਅਹੁਦਿਆਂ ਤੇ ਬੈਠੇ ਸੀ। ਇਹ ਉਦਣ ਵੀ ਨਹੀਂ ਬੋਲੇ ਤੇ ਅੱਜ ਵੀ ਨਹੀਂ ਬੋਲਣਗੇ ਕਿਉਂਕਿ ਇਹਨਾਂ ਨੂੰ ਕੁਰਸੀਆਂ ਹਮੇਸ਼ਾ ਹੀ ਪਿਆਰੀਆਂ ਰਹੀਆਂ ਨੇ। ਇਹਨਾਂ ਨੂੰ ਪੰਜਾਬੀ, ਪੰਜਾਬ, ਸਿੱਖੀ, ਇਹ ਇਹਨਾਂ ਨੂੰ ਪਿਆਰੀ ਨਹੀਂ, ਸਿਰਫ ਤੇ ਸਿਰਫ ਝੂਠੇ ਸ਼ਡਿਆਂਤਰ ਕਰਨਾ ਜਾਣਦੇ ਨੇ। ਪਰ ਪਰਮਾਤਮਾ ਦੇ ਘਰ ਦੇਰ ਹੈ, ਹਨੇਰ ਨਹੀਂ। ਇਹਨਾਂ ਦੇ ਗੁਨਾਹਾਂ ਦੇ ਹਿਸਾਬ ਵੀਰੋ ਉਰੀ ਹੋਣਗੇ ਕਿਉਂਕਿ ਅੱਜ ਇਹਨਾਂ ਦੇ ਚਿਹਰੇ ਲੋਕਾਂ ਦੇ ਵਿੱਚ ਬੇਨਕਾਬ ਹੋ ਚੁੱਕੇ। ਕੂੜ ਨਿਖੁੱਟੇ ਨਾਨਕਾ ਉੜਕ ਸੱਚ ਰਹੀ। ਵੀਰੋ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਉੱਤੇ ਜਿਹੜਾ ਇੱਕ ਝੂਠਾ ਪਰਚਾ ਦਿੱਤਾ ਗਿਆ 307 ਦਾ ਉਹਦੇ ਚ ਐਂਟੀਸਪੇਟਰੀ ਬੇਲ ਦੇ ਦਿੱਤੀ ਹੈ। ਵੀਰੋ ਦੋ ਸਰਕਾਰਾਂ ਦੇ ਸਿਆਸੀ ਸ਼ਡਿਆਂਤਰ ਕਾਂਗਰਸ ਤੇ ਆਮ ਆਦਮੀ ਪਾਰਟੀ ਮਕਸਦ ਇੱਕੋ ਕਿ ਕਿਸੇ ਤਰੀਕੇ ਦੇ ਨਾਲ ਬਾਦਲ ਪਰਿਵਾਰ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਝੂਠੇ ਕੇਸ ਦੇ ਵਿੱਚ ਫਸਾਇਆ ਜਾਵੇ। ਪਰ ਸਾਡਾ ਸਿਰ ਚੁੱਕਦਾ ਜੁਡੀਸ਼ਰੀ ਦੇ ਅੱਗੇ ਕਿਉਂਕਿ ਦੂਜੀ ਵਾਰ ਉਹੀ ਝੂਠੀ ਇਨਵੈਸਟੀਗੇਸ਼ਨ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੀ ਦਹਿਲੀਜ਼ ਤੇ ਆ ਕੇ ਢਹਿ ਢੇਰੀ ਹੋ ਗਈ। ਵੀਰੋ 96 ਸਾਲ ਦੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਕਸੂਰ ਕੀ? ਕਿਉਂਕਿ ਉਹ ਆਪਣੇ ਸੂਬੇ ਪ੍ਰਤੀ ਚਿੰਤਤ ਸੀ, ਮੁੱਖ ਮੰਤਰੀ ਸੀ, ਅਫਸਰਾਂ ਦੇ ਨਾਲ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜੇ, ਉਹਨਾਂ ਦੇ ਉੱਤੇ ਪਰਚਾ ਦਿੱਤਾ ਗਿਆ। ਉਹ ਹੁੰਦੀਆਂ ਸੀ ਸਰਕਾਰਾਂ, ਅੱਜ ਸਾਡੀ ਸਰਕਾਰ ਕੀ ਕਰ ਰਹੀ ਹੈ? ਵੀਰੋ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ, ਆਮ ਆਦਮੀ ਪਾਰਟੀ ਦੇ ਮੰਤਰੀ ਹੋਣ, MLA ਹੋਣ, ਇਹ ਸਿਰਫ ਤੇ ਸਿਰਫ ਕੇਂਦਰ ਦੇ ਨਾਲ ਰਲ ਕੇ ਸਾਡੇ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਰਹੇ ਨੇ। ਵੀਰੋ ਛੋਟੀ ਉਮਰ ਦੇ ਨੌਜਵਾਨ, ਕੋਈ 20 ਸਾਲ ਦਾ, ਕੋਈ 22 ਸਾਲ ਦਾ, ਕੋਈ 25 ਸਾਲ ਦਾ, ਤੇ ਕਾਨੂੰਨ ਕਿਹੜੇ ਲਾ ਰਹੇ ਨੇ? NSA ਕਹਿੰਦੇ ਪੰਜਾਬ ਦੇ ਨੌਜਵਾਨਾਂ ਤੋਂ, ਸਿੱਖਾਂ ਤੋਂ ਦੇਸ਼ ਨੂੰ ਖਤਰਾ। ਇਹ ਫੇਰ ਦੁਬਾਰਾ ਸਾਡੀ ਨੌਜਵਾਨੀ ਨੂੰ ਬਦਨਾਮ ਕਰਨਾ ਚਾਹੁੰਦੇ ਨੇ। ਪਹਿਲਾਂ ਨਸ਼ੇ ਦਾ ਤਿਲਕ ਲਾਇਆ, ਪਹਿਲਾਂ 1984 ਚ ਵੱਖਵਾਦ ਦਾ ਤਿਲਕ ਲਾਉਣਾ ਚਾਹਿਆ ਤੇ ਅੱਜ ਫੇਰ। ਵੀਰੋ ਸਿੱਖਾਂ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ। ਅਸੀਂ ਤਾਂ ਆਜ਼ਾਦੀ ਵੀ ਆਪਣੇ ਪਿੰਡੇ ਤੇ ਹੰਡਾਈ ਹੈ ਤੇ ਅੱਜ ਭਗਵੰਤ ਮਾਨ ਸਾਡੇ ਤੇ ਕਿਹੜਾ ਕਲੰਕ ਲਾਉਣ ਤੁਰਿਆ? ਇਹ ਵੀ ਜਵਾਬਦੇਹੀ ਭਗਵੰਤ ਮਾਨ ਦੀ ਹੈ। ਤੇ ਅੱਜ ਸਰਕਾਰ ਦੇ ਵਿੱਚ ਉਹੀ ਲੋਕ ਬੈਠੇ ਨੇ ਜਿਹੜੇ ਕਿਸੇ ਸਮੇਂ 1984 ਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, 84 ਦਾ ਸਿੱਖ ਕਤਲੇਆਮ ਹੋਇਆ, ਉਦੋਂ ਵੀ ਇਹ ਲੋਕ ਸਰਕਾਰਾਂ ਚ ਬਹੁਤ ਉੱਚ ਅਹੁਦਿਆਂ ਤੇ ਬੈਠੇ ਸੀ। ਇਹ ਉਦਣ ਵੀ ਨਹੀਂ ਬੋਲੇ ਤੇ ਅੱਜ ਵੀ ਨਹੀਂ ਬੋਲਣਗੇ ਕਿਉਂਕਿ ਇਹਨਾਂ ਨੂੰ ਕੁਰਸੀਆਂ ਹਮੇਸ਼ਾ ਹੀ ਪਿਆਰੀਆਂ ਰਹੀਆਂ ਨੇ। ਇਹਨਾਂ ਨੂੰ ਪੰਜਾਬੀ, ਪੰਜਾਬ, ਸਿੱਖੀ, ਇਹ ਇਹਨਾਂ ਨੂੰ ਪਿਆਰੀ ਨਹੀਂ, ਸਿਰਫ ਤੇ ਸਿਰਫ ਝੂਠੇ ਸ਼ਡਿਆਂਤਰ ਕਰਨਾ ਜਾਣਦੇ ਨੇ। ਪਰ ਪਰਮਾਤਮਾ ਦੇ ਘਰ ਦੇਰ ਹੈ, ਹਨੇਰ ਨਹੀਂ। ਇਹਨਾਂ ਦੇ ਗੁਨਾਹਾਂ ਦੇ ਹਿਸਾਬ ਵੀਰੋ ਉਰੀ ਹੋਣਗੇ ਕਿਉਂਕਿ ਅੱਜ ਇਹਨਾਂ ਦੇ ਚਿਹਰੇ ਲੋਕਾਂ ਦੇ ਵਿੱਚ ਬੇਨਕਾਬ ਹੋ ਚੁੱਕੇ ਨੇ।